मम्मी अचार मंगाया थोड़ा या मिंदो अचार लेके आई पुत ले आई मम्मी ले अचार तो खत्म नहीं हो गया इन्हें पता ही नहीं लग गया केड़े वेले मुक गया मम्मी अचार तो सारा ही खत्म हो गया ले मेरे सारे रोटी का स्वाद ही मारता हुण अचार नहीं हैगा मानते तेरे विच मेरा की कसूर है जे अचार खत्म हो गया जे बाली गल है ना मैं दुकान तो जाके अचार ले आउनी आ नहीं दुकान तो मैं भी लिया सकती हूँ अचार एनू तेरी मम्मी दे हाथ दा अचार स्वाद लगता होर की भाभी ओ मासी जी अचार स्वाद ही इन्ना बनाउंदे ने जी करदा सब्जी घट अचार ही वध खाई जाइए कोई गल नहीं एक्की मैं मम्मी नूं कह दूंगी भी अचार थोड़ा जिहा वध पा देणगे ओ छेती कह दिओ भाभी थोड़ी मम्मी दे बनाए अचार बिना तो मेरा सरदा नहीं कोई ना हुण तू रोटी खा ला मैं मम्मी नूं कह दिंदी आ ओ छेती पा देणगे मम्मी पिछली बार ना भाभी ने मेनू किलो का अचार दिता सी ऐतकी भाभी नूं कह दिओ मैं 5 किलो अचार लेना मेरा 5 किलो अचार मंगवायो हाँ हाँ कोई ना कह दूंगी हाँ सच नाले मैं भुल गई ओ 5 किलो अचार मेरी भूआ सस वास्ते भी ओनू भी ये अचार बहुत पसंद आया सी एदे विच की है 5 छड तू 6 किलो ले ली मैं हुणे मिंदो नूं कह दिंनी आ मिंदो हाँ जी मम्मी अपनी मम्मी नूं कह दी आ किलो अचार दे के नहीं सारना कुड़ी नूं मनप्रीत नूं 5 किलो अचार देना ते 5 किलो दी भूआ सस नूं पाउणा 5 किलो जानी 5 किलो अपने घर दा पाउणा ते ओ तो इलावा 10 किलो होर हाँ 10 किलो इहनूं तां इहनूं इहदी भूआ सस नूं वी बहुत पसंद आया अचार उहने स्पैशल कहा मंगाउणा तां पऊगा ही हाय रब्बा 10 किलो इन्ने अचार नूं मैं मम्मी नूं किवें कहूंगी नहीं की सोचण लग गई ਹੁਣ ਫੋਨ ਕਰਕੇ ਕਹਿ ਦੀ ਹਾਂਜੀ ਮੰਮੀ ਮੈਂ ਕਰਦੀ ਹਾਂ ਮੰਮੀ ਨਾਲ ਗੱਲ ਪਰ ਮੰਮੀ ਇੱਕ ਗੱਲ ਮੇਰੇ ਦਿਮਾਗ 'ਚ ਆਉਂਦੀ ਆ ਉਹ ਇੰਨਾ ਅਚਾਰ ਕਿਵੇਂ ਪਾਉਣਗੇ ਓਲੇ ਭਾਬੀ ਇਹਦੇ 'ਚ ਕੀ ਆ ਤੁਸੀਂ ਮੇਰਾ ਅਚਾਰ ਵੀ ਤਾਂ ਮਾਸੀ ਜੀ ਨੂੰ ਕਹਿ ਕੇ ਵੱਧ ਪਵਾਉਣਾ ਸੀ ਉਹ 5 ਕਿਲੋ ਭੂਆ ਸੱਸ ਦਾ ਵੀ ਨਾਲ ਪਾ ਦੇਣਗੇ ਪਰ ਮਨਪ੍ਰੀਤ ਕੀ ਮਨਪ੍ਰੀਤ ਉਹ ਭਾਬੀ ਹੁਣ ਤਾਂ ਮੌਸਮ ਵੀ ਵਧੀਆ ਵਾ ਅਚਾਰ ਪਾਉਣ ਲਈ ਵਧੀਆ ਅੰਬ ਮਿਲ ਜਾਣਗੇ ਤੂੰ ਕੀ ਕਹੀ ਜਾਂਦੀ ਆ ਪਰ ਮੰਮੀ ਪਰ ਮਨਪ੍ਰੀਤ ਚੁੱਪ ਕਰਕੇ ਆਪਣੀ ਮੰਮੀ ਨੂੰ ਫੋਨ ਕਰ ਦੇ ਚਾਰ ਪਾ ਦੇਣਗੇ ਮੰਮੀ ਤੁਸੀਂ ਗੱਲ ਸਮਝਣ ਦੀ ਤਾਂ ਕੋਸ਼ਿਸ਼ ਕਰੋ ਮਨਪ੍ਰੀਤ ਤੂੰ ਆਰਾਮ ਨਾਲ ਕਹਿਤਾ ਵੀ ਇਕੱਠਾ ਚਾਰ ਪਾ ਦੇਣਗੇ ਪਰ ਇੰਨਾ ਇਕੱਠਾ ਚਾਰ ਪਾਉਣਾ ਬਹੁਤ ਔਖਾ ਆਪਾਂ ਐਂ ਕਰਦੇ ਹਾਂ ਅੱਧਾ ਚਾਰ ਤਾਂ ਮੰਮੀ ਪਾ ਦੇਣਗੇ ਅੱਧਾ ਚਾਰ ਤੁਸੀਂ ਰੋਜੀ ਦੀ ਮੰਮੀ ਨੂੰ ਕਹਿ ਦਿਓ ਉਹ ਵੀ ਤਾਂ ਕਿੰਨਾ ਸਵਾਦ ਬਣਾਉਂਦੇ ਆ ਉਹ ਨਾ 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 ਤਾਂ ਮੈਂ ਰੋਜੀ ਨੂੰ ਕਹਾਂ ਨਾ ਉਹਦੇ ਪੇਕਿਆਂ ਨੂੰ ਕਹਾਂ ਮੈਂ ਤਾਂ ਤੈਨੂੰ ਹੀ ਕਹਿਣਾ ਤੂੰ ਆਪਣੀ ਮੰਮੀ ਤੋਂ ਪਵਾ ਕੇ ਦੇ ਅਚਾਰ ਮੰਮੀ ਤੁਸੀਂ ਤਾਂ ਇੱਕ ਰੱਟ ਫੜੀ ਹੋਈ ਆ ਵੀ ਅਚਾਰ ਮੇਰੀ ਮੰਮੀ ਨੇ ਹੀ ਪਾਉਣਾ ਮੈਨੂੰ ਇੱਕ ਵਾਰ ਦੱਸੋਗੇ ਵੀ ਰੋਜੀ ਦੀ ਮੰਮੀ ਨੇ ਅਚਾਰ ਕਿਉਂ ਨਹੀਂ ਪਾਉਣਾ ਉਹ ਮੈਂ ਪਹਿਲਾਂ 1-2 ਵਾਰੀ ਰੋਜੀ ਨੂੰ ਕਿਹਾ ਉਹਦੇ ਪੇਕਿਆਂ ਤੋਂ ਚੀਜ਼ ਮੰਗਵਾਉਣ ਲਈ ਪਰ ਰੋਜੀ ਕੀ ਰੋਜੀ ਮੰਮੀ ਰੋਜੀ ਤਾਂ ਇੰਨੀ ਬਸ਼ਰਮ ਨਿਕਲੀ ਮੇਰੇ ਮੂੰਹ ਦੇ ਉੱਤੇ ਹੀ ਕਹਿਤਾ ਕਹਿੰਦੀ ਮੈਨੂੰ ਨਾ ਕਿਹਾ ਕਰ ਮੇਰੇ ਪੇਕਿਆਂ ਦੇ ਦਰਖਤਾਂ ਨੂੰ ਪੈਸੇ ਨਹੀਂ ਲੱਗਦੇ ਜਿਹੜੀਆਂ ਤੁਹਾਡੀਆਂ ਡਿਮਾਂਡਾਂ ਪੂਰੀਆਂ ਕਰਨ ਅੱਛਾ ਰੋਜੀ ਨੇ ਤੁਹਾਨੂੰ ਸਾਫ਼ ਜਵਾਬ ਦਿੱਤਾ ਚੱਲ ਛੱਡ ਤੂੰ ਉਹ ਕੰਮ ਕਰ ਜਿਹੜਾ ਮੈਂ ਕਿਹਾ ਤੈਨੂੰ ਮੰਮੀ ਜੀ ਗੁੱਸਾ ਨਾ ਮੰਨਿਓ ਮੇਰੀ ਗੱਲ ਦਾ ਮੈਂ ਤੁਹਾਨੂੰ ਇੱਕ ਗੱਲ ਕਹਿਣ ਲੱਗੀ ਆ ਤੁਹਾਨੂੰ ਮੇਰੇ ਘਰ ਦੇ ਹਾਲਾਤਾਂ ਦਾ ਪਤਾ ਹੀ ਆ ਨਾ ਭਾਬੀ ਹਾਲਾਤਾਂ ਨੂੰ ਕੀ ਹੋਇਆ ਇੰਨਾ ਵਧੀਆ ਤਾਂ ਕੰਮ ਚੱਲਦਾ ਮਾਸੀ ਮਾਸੜ ਜੀ ਦਾ ਰੋਜੀ ਤਾਂ ਚੰਗੀ ਰਹੀ ਜਿਹੜਾ ਉਹਨੇ ਮੰਮੀ ਨੂੰ ਜਵਾਬ ਦਿੱਤਾ ਇਸੇ ਕਰਕੇ ਮੰਮੀ ਦੀ ਨਾ ਰੋਜੀ ਦੇ ਮੂਹਰੇ ਚੂ ਨਹੀਂ ਨਿਕਲਦੀ ਬੇਵਕੂਫ ਤਾਂ ਮੈਂ ਹੀ ਬਣੀ ਰਹੀ ਜਿਹੜੀਆਂ ਚੀਜ਼ਾਂ ਲਿਆ ਲਿਆ ਦਿੰਦੀ ਆ ਜਵਾਬ ਹੁਣ ਮੈਨੂੰ ਵੀ ਦੇਣਾ ਹੀ ਪੈਣਾ ਨਾ ਕੀ ਹੋਇਆ ਭਾਬੀ ਚੁੱਪ ਕਿਉਂ ਕਰ ਗਏ ਬੋਲੋ ਹੁਣ ਮਾਨਪ੍ਰੀਤ ਇੱਕ ਮਿੰਟ ਤੂੰ ਚੁੱਪ ਕਰ ਤੇਰੇ ਨਾਲ ਤਾਂ ਮੈਂ ਬਾਅਦ ਚੋਂ ਗੱਲ ਕਰਦੀ ਆ ਮੰਮੀ ਜੇ ਮੈਂ ਚਾਹਾਂ ਨਾ ਤਾਂ ਰੋਜੀ ਦੀਦੀ ਵਾਂਗੂ ਤੁਹਾਨੂੰ ਜਵਾਬ ਮੈਂ ਵੀ ਦੇ ਸਕਦੀ ਆ ਪਰ ਮੈਂ ਤੁਹਾਨੂੰ ਇਹ ਸਮਝਾਉਣਾ ਚਾਹੁੰਦੀ ਆ ਵੀ ਮੇਰੇ ਪੇਕਿਆਂ ਦਾ ਕੋਈ ਕਾਰੋਬਾਰ ਨਹੀਂ ਹੈਗਾ ਅਚਾਰ ਦਾ ਜਿਹੜਾ ਉਹ ਤੁਹਾਨੂੰ ਭੇਜੀ ਜਾਣ ਨਹੀਂ ਅਚਾਰ ਕੋਈ ਵੱਡੀ ਗੱਲ ਨਹੀਂ ਹੈਗੀ ਉਹ ਭੇਜ ਦੇਣਗੇ ਪਰ ਤੁਸੀਂ ਵੀ ਤਾਂ ਸੋਚੋ ਅਚਾਰ ਫ੍ਰੀ ਨਹੀਂ ਬਣਦਾ ਉਹ ਧੀ ਨੂੰ ਦੇਣਾ ਹੋਊਗਾ ਦੇ ਦੇਣਗੇ ਮਨਪ੍ਰੀਤ ਨੂੰ ਦੇਣਾ ਉਹਨੂੰ ਵੀ ਦੇ ਦੇਣਗੇ ਕਿਉਂਕਿ ਉਹ ਮੇਰੇ ਤੇ ਮਨਪ੍ਰੀਤ ਦੇ ਵਿੱਚ ਕੋਈ ਫਰਕ ਨਹੀਂ ਰੱਖਦੇ ਜੇ ਤੇਰੇ ਨਾਲ ਨਹੀਂ ਫਰਕ ਪੈਂਦਾ ਮਨਪ੍ਰੀਤ ਨਾਲ ਨਹੀਂ ਫਰਕ ਪੈਂਦਾ ਤੇ ਰਹਿ ਕੌਣ ਗਿਆ ਇਹਦੀ ਭੂਆ ਸੱਸੇ ਰਹਿ ਗਈ ਉਹਦਾ ਵੀ ਕਹਿ ਕੇ ਮੰਗਵਾ ਲਾ ਮੰਮੀ ਨਾ ਤਾਂ ਉਹਨਾਂ ਦੇ ਅੰਬੀਆਂ ਦਾ ਬਾਗ ਲੱਗਿਆ ਹੋਇਆ ਤੇ ਨਾ ਤੇਲ ਦਾ ਕੋਲੂ ਲੱਗਿਆ ਹੋਇਆ ਜਿਹੜਾ ਅੰਬੀਆਂ ਕੱਟ ਕੱਟ ਕੇ ਨਾ ਤੇਲ ਦੇ ਵਿੱਚ ਪਾਈ ਜਾਣਗੇ ਓਏ ਉਹਨਾਂ ਨੇ ਤਾਂ ਸਾਰਾ ਕੁਝ ਮੁੱਲ ਲੈਣਾ ਅੱਛਾ
अच्छा गल तो बिचो हूं ता निकली आ, तू क्यों रिझदी फिरदी आ? हुण असीं उहनां नूं अचार दे पैसे दईए। नहीं नहीं मम्मी, पैसिआं दी गल नहीं करदी मैं। जे भाभी पैसिआं दी गल नहीं करदे, होर फिर तुसीं कीहड़ी गल करदे हो? मम्मी जिहड़ा आपां नूं अचार भेजणा, मैं उहदे पैसे भी नहीं कहिंदी। जिहड़ा मनप्रीत पुआ नूं कह रही आ, मैं उहदे पैसे भी नहीं कहिंदी। पर जिहड़ा तीजे थों दे उत्ते भूआ सस दे अचार पुआउणा, उहदे पैसे तां बणदे ही आ। ਇਹ ਤਾਂ ਆਪਣਾ ਫਰਜ਼ ਬਣਦਾ ਵੀ ਆਪਾਂ ਅਗਲੇ ਨੂੰ ਕਹੀਏ। ਮੰਮੀ ਮੇਰੇ ਪੇਕੇ ਨੂੰ ਨਾ ਕੋਈ ਵੀ ਚੀਜ਼ ਫ੍ਰੀ ਨਹੀਂ ਮਿਲਦੀ, ਉਹਨਾਂ ਨੂੰ ਬਾਜ਼ਾਰ 'ਚੋਂ ਪੈਸੇ ਦੇ ਕੇ ਹੀ ਚੀਜ਼ ਲੈਣੀ ਪੈਂਦੀ ਆ। ਮਨਪ੍ਰੀਤ ਤੇਰੀ ਸੱਸ ਵੀ ਤਾਂ ਸੇਵੇ ਕਿੰਨੀਆਂ ਵਧੀਆ ਵੱਟਦੀ ਆ, ਤੂੰ ਕਦੇ ਮੇਰੇ ਪੇਕਿਆਂ ਨੂੰ ਕਿਉਂ ਨਹੀਂ ਭੇਜੀਆਂ? ਮੇਰੀਆਂ ਮਾਸੀਆਂ ਵੀ ਹੈਗੀਆਂ ਨੇ, ਮੇਰੀ ਭੂਆ ਵੀ ਹੈਗੀ ਆ, ਉਹਨਾਂ ਨੂੰ ਕਿਉਂ ਨਹੀਂ ਭੇਜੀਆਂ? ਇੱਕ ਵਾਰ ਸੋਚ ਕੇ ਦੇਖ, ਜੇ ਮੈਂ ਤੈਨੂੰ ਕਹਿ ਦੇਵਾਂ ਨਾ ਤਾਂ ਤੂੰ ਉਹਨਾਂ ਨੂੰ ਭੇਜ ਦੇਗੀ? ਨਹੀਂ ਨਹੀਂ ਭਾਬੀ, ਮੈਂ ਤੁਹਾਡੀ ਗੱਲ ਸਮਝ ਗਈ। ਮੰਮੀ ਉਹ ਭਾਬੀ ਸਹੀ ਕਹਿੰਦੇ ਨੇ, ਕਿਸੇ ਵੀ ਧੀ ਦੇ ਪੇਕਿਆਂ ਨੂੰ ਬਾਜ਼ਾਰੋਂ ਚੀਜ਼ਾਂ ਫ੍ਰੀ ਨਹੀਂ ਮਿਲਦੀਆਂ, ਮੋਲੀ ਲੈ ਕੇ ਆਉਣੀਆਂ ਪੈਂਦੀਆਂ ਨੇ। ਭਾਬੀ ਜਿਹੜਾ ਤੁਸੀਂ 10 ਕਿਲੋ ਅਚਾਰ ਮਾਸੀ ਜੀ ਨੂੰ ਕਹਿ ਕੇ ਪਵਾਉਣਾ ਨਾ, ਉਹ ਤੁਸੀਂ ਪਵਾ ਦਿਓ, ਉਹਦੇ ਪੈਸੇ ਤੁਹਾਨੂੰ ਮੈਂ ਦਊਂਗੀ। ਸਤਿ ਸ਼੍ਰੀ ਅਕਾਲ ਜੀ, ਜਿਨ੍ਹਾਂ ਨੇ ਵੀ ਇਹ ਵੀਡੀਓ ਸ਼ੇਅਰ ਕੀਤੀ ਹੈ ਪਹਿਲਾਂ ਤਾਂ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ। ਹੁਣ ਆਪਾਂ ਚੱਲਦੇ ਹਾਂ ਵੀਡੀਓ ਦੇ ਵਿਸ਼ੇ ਵੱਲ। ਵੀਡੀਓ ਦਾ ਵਿਸ਼ਾ ਸੀਗਾ ਕਿ ਪੇਕਿਆਂ ਤੋਂ, ਮਤਲਬ ਨੂੰਹ ਦੇ ਪੇਕਿਆਂ ਤੋਂ ਹਮੇਸ਼ਾ ਕੋਈ ਨਾ ਕੋਈ ਚੀਜ਼ ਮੰਗਵਾਈ ਜਾਂਦੀ ਆ। ਤੇਰੇ ਪੇਕਿਆਂ ਦੇ ਵੱਲ ਦੇ ਚੌਲ ਬਹੁਤ ਸੋਹਣੇ ਆ, ਉਹਨਾਂ ਨੂੰ ਕਹਿ ਦੀ 20 ਕਿਲੋ ਭੇਜ ਦੇਣਗੇ। ਉਧਰਲੀ ਸਾਈਡ 'ਤੇ ਚੱਕੀ ਦਾ ਆਟਾ ਬਹੁਤ ਵਧੀਆ, ਉਹਨਾਂ ਨੂੰ ਕਹਿ ਦੀ ਭੇਜ ਦੇਣਗੇ। ਉੱਧਰ ਬੇਸਣ ਬਹੁਤ ਵਧੀਆ, ਭੇਜ ਦੇਣਗੇ। ਉੱਧਰ ਤੇਰੇ ਵਾਲੇ ਪਾਸੇ ਘੁਲਾੜ ਲੱਗੇ ਹੋਏ ਨੇ, ਉਹਨਾਂ ਦਾ ਗੁੜ ਬਹੁਤ ਵਧੀਆ, ਭੇਜ ਦੇਣਗੇ। ਅਤੇ ਸਭ ਤੋਂ ਵੱਡੀ ਗੱਲ, ਤੇਰੀ ਮੰਮੀ ਅਚਾਰ ਬਹੁਤ ਵਧੀਆ ਬਣਾਉਂਦੀ ਆ, ਉਹਨੂੰ ਕਹਿ ਦੀ ਐਤਕੀ ਸਾਡਾ ਵੀ ਪਾ ਦੇਵੇ, ਭੇਜ ਦੇਣਗੇ। ਪਰ ਇਹ ਭੁੱਲ ਜਾਂਦੇ ਆ ਵੀ ਉਹ ਤਾਂ ਭੇਜ ਦੇਣਗੇ, ਪਰ ਤੁਸੀਂ ਉਹਨਾਂ ਨੂੰ ਉਹਦੇ ਬਦਲੇ ਕੀ ਦਿੰਦੇ ਹੋ? ਉਹ ਪਹਿਲਾਂ ਘੁਲਾੜ ਜਾਣਗੇ, ਜਾਂ ਪਹਿਲਾਂ ਚੱਕੀ 'ਤੇ ਜਾਣਗੇ, ਜਾਂ ਪਹਿਲਾਂ ਅਚਾਰ ਲੈ ਕੇ ਆਉਣਗੇ ਪਾਉਣ ਵਾਸਤੇ, ਉਹ ਤੋਂ ਬਾਅਦ ਜਾ ਕੇ ਮਿਹਨਤ ਕਰਨਗੇ, ਉਹ ਤੋਂ ਬਾਅਦ ਤਿਆਰ ਹੁੰਦਾ, ਫਿਰ ਤੁਹਾਨੂੰ ਦੇ ਕੇ ਜਾਣਗੇ ਫ੍ਰੀ ਖਾਤੇ। ਥੋੜ੍ਹੀ ਜਿਹੀ ਇੱਕ ਕਹਾਵਤ ਹੈ, ਕਹਿੰਦੇ ਜੇ ਪਤੀਲੇ ਦਾ ਮੂੰਹ ਖੁੱਲ੍ਹਾ ਤਾਂ ਖਾਣ ਵਾਲੇ ਨੂੰ ਸ਼ਰਮ ਚਾਹੀਦੀ ਹੈ। ਇਹ ਜਿਹੜੀ ਕਹਾਵਤ ਹੈ ਨਾ, ਇਹ ਹਰ ਇੱਕ ਬੰਦੇ 'ਤੇ ਲਾਗੂ ਹੁੰਦੀ ਆ, ਚਾਹੇ ਉਹ ਕੋਈ ਵੀ ਆ, ਤੁਹਾਡਾ ਸਕਾ ਆ, ਤੁਹਾਡੇ ਕੁੜਮ ਨੇ, ਜਾਂ ਤੁਹਾਡੇ ਦੂਜੇ ਪਾਸੇ ਕੁੜਮ ਨੇ, ਮਤਲਬ ਚਾਹੇ ਉਹ ਧੀ ਦੇ ਸਹੁਰੇ ਨੇ, ਉੱਥੇ ਵੀ ਇਹ ਚੀਜ਼ ਹੁੰਦੀ ਆ। ਸਹੁਰੇ ਪਰਿਵਾਰ ਚ ਇਹ ਕਿਉਂ ਸੋਚੋ? ਬਹੁਤ ਗੰਭੀਰ ਵਿਸ਼ਾ ਆ। ਜੇ ਉਹ ਭੇਜਦੇ ਨੇ ਤਾਂ ਉਹਦੇ 'ਤੇ ਉਹਨਾਂ ਦੀ ਲਾਗਤ ਲੱਗੀ ਹੋਈ ਆ, ਉਹਨਾਂ ਦੀ ਮਿਹਨਤ ਲੱਗੀ ਹੋਈ ਆ, ਇਹ ਚੀਜ਼ ਵੀ ਸੋਚਿਆ ਕਰੋ। ਕਿਤੇ ਨਾ ਕਿਤੇ ਜਿਹੜੇ ਧੀ ਦੇ ਮਾਪੇ ਹੁੰਦੇ ਨੇ ਆਪਣੀ ਧੀ ਕਰਕੇ ਚੁੱਪ ਕਰਕੇ ਸਾਰਾ ਕੁਛ ਕਰ ਦਿੰਦੇ ਨੇ, ਚੱਲ ਕੋਈ ਗੱਲ ਨਹੀਂ, ਫਿਰ ਕੀ ਹੋਇਆ, ਖਾਣ ਵਾਲੀ ਚੀਜ਼ ਆ। ਪਰ ਜੇ ਉਹ ਸੋਚਦੇ ਨੇ ਥੋੜ੍ਹਾ ਜਿਹਾ ਆਪਾਂ ਨੂੰ ਵੀ ਤਾਂ ਸੋਚਣਾ ਚਾਹੀਦਾ। ਆਪਾਂ ਇੱਕ ਵਾਰੀ ਘੱਟ ਚੀਜ਼ ਕਹਿ ਦਿੰਦੇ, ਦੂਜੀ ਵਾਰੀ ਆਪਾਂ ਵੱਧ ਚੀਜ਼ ਕਹਿ ਦਿੰਦੇ ਹਾਂ, ਪਰ ਆਪਣਾ ਕਹਿੰਦੇ ਹੁੰਦੇ ਨੇ ਇੱਦਾਂ ਕਰਦੇ ਕਰਦੇ ਆਪਾਂ ਹਰ ਸਾਲ ਦੀ ਗੱਲ ਫੜ ਲੈਂਦੇ ਹਾਂ ਵੀ ਹਾਂ ਸਾਡੇ ਤਾਂ ਜੀ ਉੱਥੋਂ ਹੀ ਆਉਂਦਾ, ਪੱਕਾ ਹੀ ਠੱਪਾ ਲਾ ਦਿੰਦੇ ਹਾਂ। ਪਹਿਲਾਂ ਹੀ ਬਹੁਤ ਰਿਵਾਜ਼ ਬਣੇ ਹੋਏ ਨੇ ਕਿ ਜਿਨ੍ਹਾਂ ਦੇ ਉੱਤੇ ਪੇਕਿਆਂ ਨੂੰ ਬੜਾ ਹੀ ਜ਼ਿਆਦਾ ਕਿਹਾ ਜਾਂਦਾ, ਆਹ ਸਾਲੇ ਨਵੇਂ ਰਿਵਾਜ਼ ਨਾ ਘੜੋ। ਅਚਾਰ ਵਾਲੇ, ਆਟੇ ਵਾਲੇ, ਚੌਲ ਵਾਲੇ, ਬੇਨਤੀ ਆ, ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ, ਪੇਜ ਨੂੰ ਲਾਈਕ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਬੈੱਲ ਆਈਕੋਨ ਦਾ ਜਿਹੜਾ ਬਟਨ ਆ ਨਾ ਉਹਨੂੰ ਜ਼ਰੂਰ ਦੱਬਿਓ, ਤਾਂ ਕਿ ਤੁਹਾਨੂੰ ਹਰੇਕ ਵੀਡੀਓ ਦਾ ਸਾਡੀ ਦਾ ਪਤਾ ਲੱਗੇ, ਅਸੀਂ ਜਦੋਂ ਵੀ ਕੋਈ ਵੀ ਨਵੀਂ ਵੀਡੀਓ ਪਾਈਏ। ਅਤੇ ਤੁਹਾਡੇ ਕੋਲ ਵੀ ਜੇ ਕੋਈ ਇੱਦਾਂ ਦੀ ਸਟੋਰੀ ਹੈ ਤਾਂ ਸਾਨੂੰ ਜ਼ਰੂਰ ਭੇਜਿਓ। ਥੈਂਕ ਯੂ ਸੋ ਮੱਚ।